ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕੁਲਦੀਪ ਬਲੇਰ ਤਸਵੀਰ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ। ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਮਸ਼ਹੂਰ ਗੀਤਕਾਰ ਮਲਕੀਤ ਸਿੰਘ ਮੀਤ ਜੀ ਦੇ ਪਿੰਡ ਮਹਿਮਦਪੁਰ ਵਿੱਚ। ਆਓ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਮਲਕੀਤ ਸਿੰਘ ਮੀਤ ਜੀ ਦੇ ਨਾਲ। ਸਤਿ ਸ੍ਰੀ ਅਕਾਲ ਮਹਿਤਪੁਰੀ ਸਾਹਿਬ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੀਰੇ, ਆਏ ਹੋ ਤੁਸੀਂ। ਧੰਨਵਾਦ ਜੀ। ਤਸਵੀਰ ਪੰਜਾਬ ਦੀ ਦਾ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਮੀਤ ਜੀ, ਤੁਹਾਡੇ ਪਿੰਡ ਦਾ ਨਾਮ ਸੁਣ ਕੇ ਮਹਿਮਦਪੁਰ ਆਉਂਦਾ ਤੇ ਤੁਹਾਡੀ ਗੀਤਕਾਰੀ ਦੇ ਨਾਲ ਮਹਿਤਪੁਰੀ ਲੱਗਦਾ, ਇਸ ਦਾ ਕੀ ਕੋਈ ਖਾਸ ਕਾਰਨ? ਇਹ ਵਧੀਆ ਸਵਾਲ ਹੈ, ਕਿਉਂਕਿ ਕੋਈ ਲੋਕ ਮੈਨੂੰ ਮੀਤਪੁਰੀ ਕਹੀ ਜਾਂਦੇ ਆ, ਕੋਈ ਮਹਿੰਦੀਪੁਰੀ ਕਹੀ ਜਾਂਦਾ ਹੈ, ਪਰ ਅਸਲੀ ਮੇਰਾ ਨਾਮ ਹੈ ਮਹਿਤਪੁਰੀ। ਇਹ ਇਸ ਤਰ੍ਹਾਂ ਪਿਆ ਕਿ ਪਿੰਡ ਦਾ ਨਾਮ ਤਾਂ ਮਹਿਮਦਪੁਰ ਹੈ, ਪਰ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਆਲੇ ਦੁਆਲੇ ਪਿੰਡਾਂ ਵਾਲੇ ਸੀਗੇ, ਉਹ ਮਹਿਤਪੁਰ ਕਰਕੇ ਮਸ਼ਹੂਰ ਕੀਤਾ ਹੋਇਆ ਸੀਗਾ। ਤੇ ਮੈਨੂੰ ਵੀ ਇਹ ਮੇਰੀ ਪਕੜ 'ਚ ਆਇਆ ਕਿ ਮੇਰੇ ਗੀਤਾਂ ਦੇ ਵਿੱਚ ਇਹ ਤਖਲਸ ਬਹੁਤ ਵਧੀਆ ਢੁੱਕਦਾ ਮਹਿਤਪੁਰੀ, ਇਸ ਕਰਕੇ ਮੈਂ ਮਹਿਤਪੁਰੀ। ਮਹਿਤਪੁਰੀ ਸਾਹਿਬ, ਤੁਹਾਡੀ ਗੀਤਕਾਰੀ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਗੀਤਕਾਰੀ ਦਾ ਸਫ਼ਰ ਇਸ ਤਰ੍ਹਾਂ ਸ਼ੁਰੂ ਹੋਇਆ ਕਿ ਛੋਟੇ ਹੁੰਦਿਆਂ ਮੋਸਟਲੀ ਜਦੋਂ ਪੱਥਰ ਦੇ ਤਵੇ ਹੁੰਦੇ ਸੀ ਤੇ ਅਸੀਂ ਰਿਕਾਰਡ ਸੁਣਿਆ ਕਰਦੇ ਸੀ, ਸਪੀਕਰ ਵਾਲੇ ਕੋਲ ਜਾ ਕੇ ਬੈਠ ਜਾਣਾ ਤੇ ਉਹਦੇ ਰਿਕਾਰਡਾਂ ਦੇ ਉੱਤੇ ਜਦੋਂ ਨਾਂ ਸੁਣਨਾ ਨਾ ਅਸੀਂ ਫਲਾਣੇ ਦਾ ਲਿਖਿਆ ਜਾਂ ਕੁੱਤਾ ਮਾਰਕਾ ਕੰਪਨੀ, ਉਹਦੇ ਤੋਂ ਚੇਟਕ ਲੱਗੀ ਕਿ ਕਦੀ ਸਾਡਾ ਵੀ ਨਾਂ ਇਹਨਾਂ ਰਿਕਾਰਡਾਂ ਦੀ ਵਾਂਗ ਸਾਡਾ ਵੀ ਨਾਂ ਇੱਦਾਂ ਆਊਗਾ। ਫਿਰ ਮੈਂ ਇਹ ਗਾਣੇ ਜ਼ਿਆਦਾ ਸੁਣਨੇ ਸ਼ੁਰੂ ਕਰ ਦਿੱਤੇ ਬਾਪੂ ਜੀ ਦੇ ਤਰੀਕੇ ਹੋ ਗਏ ਸੀਗੇ ਤੇ ਉਸ ਤੋਂ ਚੇਟਕ ਲੱਗੀ ਲੱਗੀ ਹੌਲੀ ਹੌਲੀ ਫਿਰ ਲਿਖਣ ਦੀ ਵੀ ਖਾਂ। ਮੈਂ ਤਾਂ ਸਭ ਸਿਆਣੇ ਕਹਿੰਦੇ ਕਿ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਜਿਵੇਂ ਹਰੇਕ ਬੰਦੇ ਦਾ ਕੋਈ ਨਾ ਕੋਈ ਗੁਰੂ ਹੁੰਦਾ ਹਰੇਕ ਖੇਤਰ ਦੇ ਵਿੱਚ, ਤੁਸੀਂ ਗੀਤਕਾਰੀ ਦੇ ਵਿੱਚ ਆਪਣਾ ਗੁਰੂ ਕਿਹਨਾਂ ਨੂੰ ਮੰਨਦੇ ਹੋ? ਬਹੁਤ ਵਧੀਆ ਸਵਾਲ ਪੁੱਛਿਆ। ਇਹ ਹੋਣਾ ਵੀ ਚਾਹੀਦਾ, ਗੁਰੂ ਹੋਣਾ ਚਾਹੀਦਾ ਕੋਈ ਨਾ ਕੋਈ। ਮੇਰੇ ਉਸਤਾਦ ਗੁਰੂ ਹਰਦੇਵ ਦਲਗੀਰ ਦੇਵ ਤਰੀਕਿਆਂ ਵਾਲੇ ਨੇ, ਜਿਨ੍ਹਾਂ ਦੀ ਥਾਪੜਾ ਸਦਕਾ ਮੈਂ ਇਹ ਲਿਖਣ ਦੇ ਕਾਬਲ ਹੋਇਆ ਤੇ ਇੱਥੇ ਤੱਕ ਪਹੁੰਚਿਆ ਕਿ ਤੁਸੀਂ ਮੇਰੀ ਵੀਡੀਓ ਆ ਕੇ ਮੇਰੀ ਇੰਟਰਵਿਊ ਕਰ ਰਹੇ ਹੋ। ਮੀਤ ਜੀ, ਤੁਸੀਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਘੁੰਮੇ ਹੋ ਤੇ ਤੁਹਾਨੂੰ ਕਿੰਨਾ ਕੁ ਫਰਕ ਨਜ਼ਰ ਆਉਂਦਾ ਇੱਥੇ ਦੇ ਸਰੋਤਿਆਂ ਦੇ ਵਿੱਚ ਉੱਥੇ ਦੇ ਸਰੋਤਿਆਂ ਦੇ ਵਿੱਚ? ਦੇਖੋ ਜੀ, ਮੈਂ ਤੱਤ ਕੱਢੇ ਹੋਏ ਹੈ ਕਿ ਹਰ ਸਾਲ ਅਸੀਂ ਜਿਵੇਂ ਆਉਂਦੇ ਹਾਂ, ਪਰ ਡਾਢਾ ਫਰਕ ਹੈ ਇੱਥੇ ਦੇ ਪੰਜਾਬੀਆਂ ਦੇ ਵਿੱਚ ਅਤੇ ਇੱਥੋਂ ਬਾਹਰ ਗਏ ਬਾਹਰਲੇ ਮੁਲਕਾਂ ਵਿੱਚ ਗਏ ਪੰਜਾਬੀਆਂ ਦਾ। ਆਪਸ ਵਿੱਚ ਬਹੁਤ ਤੇਹ ਹੈ, ਪਿਆਰ ਹੈ। ਜੇ ਕੋਈ ਕਿਸੇ ਨੂੰ ਪੁੱਛਦਾ ਨਾ ਵੀ ਕਿਹੜੇ ਪਿੰਡ ਦਾ, ਉਹ ਮੇਰੇ ਗ੍ਰਾਂ ਦੇ ਲਾਗੇ ਨੇ, ਪਰ ਇੱਥੇ ਜਦੋਂ ਅਸੀਂ ਆ ਜਾਂਦੇ ਹਾਂ ਤੇ ਲੋਕ ਨੀਵੀਆਂ ਪਾ ਕੇ ਕੋਲੋਂ ਲੰਘ ਜਾਂਦੇ ਆ, ਕੋਈ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ, ਡਾਢਾ ਫਰਕ ਹੈ। ਪੰਜਾਬ ਦਾ ਬਹੁਤ ਵੱਡਾ ਇਹ ਅਸਰ ਪੈ ਰਿਹਾ ਵਾ, ਕੋਈ ਅੱਜ ਕੱਲ੍ਹ ਕੋਈ ਬੁਲਾ ਕੇ ਕਿਸੇ ਨੂੰ ਜ਼ਿਆਦਾ ਨਹੀਂ ਰਾਜੀ। ਤੇ ਫਿਰ ਵੀ ਇਹ ਤੁਹਾਡੀ ਗੀਤਕਾਰੀ ਦੇ ਨਾਲ ਨਾਲ ਤੁਹਾਡੀਆਂ ਕਿਤਾਬਾਂ ਵੀ ਛਪੀਆਂ ਨੇ, ਹਾਂਜੀ, ਕਿਤਾਬਾਂ ਬਾਰੇ ਸਾਡੇ ਦਰਸ਼ਕਾਂ ਨਾਲ ਥੋੜ੍ਹਾ ਜ਼ਿਕਰ ਕਰੋ। ਦੇਖੋ ਜੀ, ਮੇਰੀਆਂ ਹੁਣ ਤੱਕ 6 ਕਿਤਾਬਾਂ ਛਪ ਚੁੱਕੀਆਂ ਨੇ, ਜਿਨ੍ਹਾਂ ਦਾ ਨਾਂ ਹੈ ਲੋਕੜੀ ਦੇ ਫੁੱਲ ਵਰਗੀ, ਕੱਢਦੀ ਫੁਲਕਾਰੀ ਵੇ ਪੰਜੇਬਾਂ, ਰਾਵੀ ਦੀਆਂ ਛੱਲਾਂ ਚਨਾ ਦੀਆਂ ਗੱਲਾਂ, ਚੁੰਨੀ ਦੀਆਂ ਚਾਰੇ ਕੰਨੀਆਂ, ਤੂੰ ਕਾਹਦਾ ਪਟਵਾਰੀ। ਬਹੁਤ ਸਾਰੀਆਂ ਕਿਤਾਬਾਂ ਛਪ ਚੁੱਕੀਆਂ ਤੁਹਾਡੀਆਂ, ਸਭ ਤੋਂ ਵੱਧ ਮਾਣ ਸਤਿਕਾਰ ਕਿਸ ਕਿਤਾਬ ਨੂੰ ਮਿਲਿਆ? ਦੇਖੋ ਜੀ, ਇੱਕ ਬੜੀ ਵੱਡੀ ਗੱਲ ਹੈ, ਆਹ ਤੁਹਾਨੂੰ ਮੈਂ ਦੱਸ ਰਿਹਾ, ਇੱਕ ਬੁੱਕ ਹੈ ਮੇਰੀ, ਇਹਦਾ ਨਾਂ ਹੈ ਚੁੰਨੀ ਦੀਆਂ ਚਾਰੇ ਕੰਨੀਆਂ। ਇਹ ਕਿਤਾਬ ਮੈਨੂੰ ਇੰਨਾ, ਮੈਨੂੰ ਕਿਸੇ ਨੇ ਕਾਲ ਕੀਤੀ ਕੈਨੇਡਾ ਤੋਂ ਤੇ ਕਹਿੰਦੇ ਵੀ ਉਹਨਾਂ ਨੇ ਮੇਰੇ ਨੰਬਰ 'ਤੇ ਕਾਲ ਕੀਤੀ ਅਤੇ ਨੰਬਰ ਦਿੱਤਾ ਪਿਆ, ਉਹਨਾਂ ਨੇ ਕਿਹਾ ਵੀ ਤੁਹਾਡੀ ਕਿਤਾਬ ਅਸੀਂ $15 ਦੀ ਲੈ ਕੇ ਪੜ੍ਹ ਲਈ ਹੈ, ਵੀ ਬੜਾ ਵਧੀਆ ਲਿਖਿਆ ਪਿਆ ਤੁਸੀਂ। ਦੇਖੋ, ਕੈਨੇਡਾ ਦੇ ਵਿੱਚ ਵੀ ਮੇਰੀ ਕਿਤਾਬ ਜਿਹੜੀ ਉੱਥੇ ਪਹੁੰਚ ਗਈ ਔਰ ਲੋਕ ਮੈਨੂੰ ਫੋਨ ਕਰ ਰਹੇ ਨੇ ਉੱਥੋਂ ਪੜ੍ਹ ਕੇ ਮੇਰੇ ਗੀਤਾਂ ਨੂੰ, ਇਹ ਵੀ ਬੜੀ ਵੱਡੀ ਗੱਲ ਹੈ। ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਬਹੁਤ ਹੱਡ ਤੋੜ ਕੇ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ, ਰੋਟੀ ਖਾਣ ਦਾ ਵੀ ਟਾਈਮ ਨਹੀਂ ਹੁੰਦਾ, ਪਰ ਫਿਰ ਵੀ ਤੁਸੀਂ ਆਪਣੀ ਗੀਤਕਾਰੀ ਦਾ ਸਮਾਂ ਕਿਵੇਂ ਕੱਢਦੇ ਹੋ? ਕੀ ਬਾਤ ਹੈ। ਦੇਖੋ ਜੀ, ਮੇਰੇ ਵਾਸਤੇ ਏਦਾਂ ਹੱਡ ਭੰਨਵੀ ਕਮਾਈ ਵਾਲੀ ਗੱਲ ਤਾਂ ਨਹੀਂ ਹੈਗੀ। ਮੈਂ ਲਿਮੋਜ਼ੀਨ ਚ ਰਹਿਣਾ, ਬਹੁਤ ਟਾਈਮ ਹੈ ਮੇਰੇ ਕੋਲ ਡਰਾਈਵਰੀ ਕਰੀ ਦੀ ਹੈ, ਠੀਕ ਹੈ ਜੀ, ਤੇ ਗੀਤ ਜਿਹੜੇ ਨੇ ਕੱਚਾ ਗੀਤ ਜਿਹੜਾ ਮੈਂ ਉਹ ਡਰਾਈਵਰੀ ਕਰਦਾ ਲਿਖ ਲੈਣਾ, ਠੀਕ ਹੈ, ਤੇ ਜਦੋਂ ਉਦੋਂ ਨਿਰਵਸਤਰ ਹੁੰਦਾ ਗੀਤ, ਜਦੋਂ ਮੈਂ ਘਰ ਆਉਣਾ ਤੇ ਘਰ ਆਣ ਕੇ ਤੇ ਪਰਿਵਾਰ ਤੋਂ ਥੋੜ੍ਹਾ ਜਿਹਾ ਅਲੱਗ ਬੈਠ ਕੇ ਤੇ ਫਿਰ ਮੈਂ ਉਸ ਗੀਤ ਨੂੰ ਕੱਪੜੇ ਪਹਿਨਾ ਲੈਂਦਾ। ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਦੇ ਨਾਲ ਵੀ 2-4 ਲਾਈਨਾਂ ਆਪਣੇ ਕੋਈ ਖਾਸ ਗੀਤ ਦੀਆਂ ਸਾਂਝੀਆਂ ਕਰੋ। ਮੀਤ ਨੇ ਆਖਦੇ ਲੋਕ ਜਿਹਨੂੰ ਪਿੰਡ ਮਹਿਮਦਪੁਰ ਨੇੜੇ ਭਲੱਥ ਦਾ ਏ, ਕਲੀਆਂ ਲੋਕ ਗਥਾਵਾਂ ਗਾਣੇ ਸ਼ੇਅਰ ਲਿਖਦਾ,
ਉਸਤਾਦ ਦੇਵ ਤਰੀਕੇ ਨੂੰ ਦੱਸਦਾ ਏ ਫਿਕਰਮੰਦ ਹੈ ਬਾਲਾ ਆਪਣੇ ਵਿਰਸੇ ਤੇ ਤਾਈਓਂ ਗੀਤ ਮਿਆਰੀ ਰਚਦਾ ਏ ਨਾਲ ਪੰਜਾਬ ਦੇ ਉਸ ਨੂੰ ਮੋਹ ਡਾਢਾ ਭਾਵੇਂ ਵਿੱਚ ਅਮਰੀਕਾ ਵੱਸਦਾ ਏ ਨਾਲ ਪੰਜਾਬ ਦੇ ਉਸ ਨੂੰ ਮੋਹ ਡਾਢਾ ਤੇ ਭਾਵੇਂ ਵਿੱਚ ਅਮਰੀਕਾ ਵੱਸਦਾ। ਬਹੁਤ ਵਧੀਆ ਜੀ, ਬਹੁਤ ਵਧੀਆ ਲਾਈਨਾਂ ਲਿਖੀਆਂ ਜੀ, ਕਿਆ ਬਾਤ ਹੈ ਵੀਰ ਜੀ। ਬਹੁਤ ਇੰਨੀਆਂ ਸੋਹਣੀਆਂ ਲਾਈਨਾਂ ਸੁਣ ਕੇ ਜੀ ਕਰਦਾ ਵੀ ਤੁਹਾਡੇ ਕੋਲ ਕੁਦਰਤ ਬਾਰੇ ਵੀ ਪੁੱਛੀਆ ਵੀ ਕੁਦਰਤ ਬਾਰੇ ਵੀ ਕੁਛ ਲਿਖਿਆ ਤੁਸੀਂ। ਹਾਂਜੀ ਹਾਂਜੀ, ਮੈਂ ਮੋਸਟਲੀ ਕੁਦਰਤ ਬਾਰੇ ਵੀ ਲਿਖਦਾ ਰਹਿਣਾ ਕਿ ਅੱਜ ਜਿਵੇਂ ਲੋਕਾਂ ਨੇ 1993 ਚ ਗਾ ਕੇ ਦੱਸਦਾ ਮੈਂ। ਬਾਗ ਵੱਡ ਤੇ ਲੋਕਾਂ ਪੰਜਾਬ ਵਿੱਚੋਂ ਤੇ ਹੁਣ ਜਾਣ ਤੇ ਪੰਛੀ ਜਾਣ ਕਿੱਥੇ ਉਹ ਟਾਰੇ ਲੱਭਦੇ ਨੀ ਛਿਟੀਆਂ ਕਾਨਿਆਂ ਦੇ ਕਰਮਾ ਮਾਰੇ ਫਿਰ ਆਲਣੇ ਪਾਣ ਕਿੱਥੇ ਉਹ ਤੋਤੇ ਘੁੱਗੀਆਂ ਬੁਲਬਲਾਂ ਅਤੇ ਚਿੜੀਆਂ ਬਹਿ ਕੇ ਟਾਣੀਆਂ ਤੇ ਰਾਗ ਸੁਣਾਉਣ ਕਿੱਥੇ ਉਹ ਮਨੋ ਮੀਤ ਦੀ ਰੁੱਖ ਲਗਾਓ ਲੋਕੋ ਭੋਲੇ ਪੰਛੀ ਵੀ ਖੁਸ਼ੀਆਂ ਮਨਾਉਣ। ਬਹੁਤ ਵਧੀਆ ਜੀ, ਬਹੁਤ ਵਧੀਆ ਮਹਿਤਪ੍ਰੀਤ ਸਾਹਿਬ, ਬਹੁਤ ਵਧੀਆ ਲਿਖਿਆ ਜੀ ਲਾਈਨਾਂ। ਥੈਂਕ ਯੂ। ਮਹਿਤਪ੍ਰੀਤ ਸਾਹਿਬ, ਅੱਜ ਕੱਲ ਜ਼ਿਆਦਾ ਟਾਈਮ ਕਿੱਥੇ ਸਪੈਂਡ ਕਰਦੇ ਹੋ, ਪੰਜਾਬ ਜਾਂ ਅਮਰੀਕਾ ਦੇ ਵਿੱਚ? ਮੈਂ ਜ਼ਿਆਦਾ ਅਮਰੀਕਾ ਦੇ ਵਿੱਚ ਸਪੈਂਡ ਕਰੀਦਾ ਕਿਉਂਕਿ ਸਾਰਾ ਪਰਿਵਾਰ ਉੱਥੇ ਹੈ। ਠੀਕ ਹੈ ਜੀ। ਮੇਰੇ ਦੋ ਬੇਟੇ ਪਰਮਿੰਦਰ ਸਿੰਘ ਪੈਰੀ ਐਂਡ ਸਪੀਰੋ ਸਿੰਘ ਸਪੀਰੋ ਐਂਡ ਵਾਈਫ ਦਰਸ਼ਨਾ ਕੌਰ ਅਤੇ ਮੇਰੇ ਨਾਲ ਭਤੀਜਾ, ਇਹਨਾਂ ਦੇ ਮੇਰੇ ਬ੍ਰਦਰ ਦੇ ਲੜਕੇ ਨੇ, ਅਸੀਂ ਸਾਰਾ ਪਰਿਵਾਰ। ਬਹੁਤ ਵਧੀਆ। ਤੁਹਾਡੀ ਗੀਤਕਾਰੀ ਨੂੰ ਅੱਗੇ ਵੀ ਕੋਈ ਤੋਰ ਰਿਹਾ ਜਾਂ ਤੁਹਾਡੀ ਤਾਂ ਸੀਮਤ ਹੈ? ਨਹੀਂ, ਜੇ ਕਹਿ ਦਿਓ ਵੀ ਸਾਡੇ ਲੜਕੇ ਜਿਹੜੇ ਉਹ ਗਾਣੇ ਸੁਣ ਕੇ ਰਾਜ਼ੀ ਆ ਲਿਖ ਕੇ ਦੀ। ਠੀਕ ਹੈ ਜੀ। ਇਸ ਕਰਕੇ ਮੈਂ ਹੀ ਇਸ ਘਰ ਪਰਿਵਾਰ ਦੇ ਵਿੱਚ ਮੈਂ। ਠੀਕ ਹੈ ਜੀ। ਮਹਿਤਪ੍ਰੀਤ ਸਾਹਿਬ, ਤੁਹਾਡੇ ਲਿਖੇ ਹੋਏ ਗੀਤਾਂ ਨੂੰ ਅੱਜ ਤੱਕ ਕਿਹੜੇ ਕਿਹੜੇ ਗਾਇਕਾਂ ਨੇ ਗਾਏ ਜੀ? ਬਲੇਰ ਸਾਹਿਬ, ਗੀਤਾਂ ਮੇਰਿਆਂ ਨੂੰ ਆਵਾਜ਼ ਬਹੁਤ ਕਲਾਕਾਰਾਂ ਨੇ ਦਿੱਤੀ ਹੈ, ਪਰ ਜਿਹਨਾਂ ਵਿੱਚੋਂ ਮੈਂ ਥੋੜ੍ਹੇ ਜਿਹੇ ਲਿਖ ਕੇ ਰੱਖੇ ਆ ਅਤੇ ਮੈਂ ਉਹ ਦੱਸ ਦਿੰਦਾ ਕਿ ਪਰਮਜੀਤ ਪੰਮੀ ਕਨੇਡਾ ਤੋਂ, ਰੇਸ਼ਮ ਸਿੰਘ ਰੇਸ਼ਮ USA ਤੋਂ, ਬਲਵੀਰ ਕੌਰ ਵੜੈਚ USA ਤੋਂ, ਚਮਕੌਰ ਭੱਟੀ, ਸੁਖਵਿੰਦਰ ਸੁੱਖੀ, ਇੰਦਰਜੀਤ ਨਿੱਕੂ, ਮਨਜੀਤ ਪੱਪੂ, ਜਤਿੰਦਰ ਕੌਰ, ਪਾਲੀ ਦੇਤਵਾਲੀਆ, ਗੁਰਮੀਤ ਮੀਤ, ਅਤੇ ਹੁਣ ਮੈਂ ਆਵਾਜ਼ ਨੂੰ ਇੱਕ ਨੂੰ ਕਰ ਰਿਹਾ, ਸਪੋਂਸਰ ਕਰ ਰਿਹਾ, ਗੁਰਜੀਤ ਮੱਲੀ। ਹਾਂਜੀ, ਉਹ ਆਪਣਾ ਲੋਕ ਤੱਥ ਕਰ। ਠੀਕ ਹੈ। ਮਹਿਤਪ੍ਰੀਤ ਸਾਹਿਬ, ਅੱਜ ਤੱਕ ਤੁਹਾਡੇ ਮਾਨ ਸਨਮਾਨ ਬਹੁਤ ਹੋਏ ਹੋਣਗੇ, ਜਿਹਨਾਂ ਵਿੱਚੋਂ ਕੋਈ ਖਾਸ ਮਹਿਮਾਨ ਸਨਮਾਨ ਜਿਹੜਾ ਹੋਇਆ ਹੋਵੇ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋਗੇ? ਮਾਨ ਸਨਮਾਨ ਤਾਂ ਬਹੁਤ ਹੋਏ ਆ, ਲੋਕਾਂ ਦਾ ਪਿਆਰ ਮੈਨੂੰ ਫੇਸਬੁੱਕ 'ਤੇ ਵੀ, ਉੱਦਾਂ ਵੀ ਬਹੁਤ ਪਿਆਰ ਮਿਲਦਾ ਮੇਰੇ ਗੀਤਾਂ ਨੂੰ ਸੁਣਦੇ ਆ, ਪਰ ਇੱਕ ਅਵਾਰਡ ਮੈਨੂੰ ਪਿੱਛੇ ਜਿਹੇ ਮਿਲਿਆ, ਪਿਛਲੇ ਸਾਲ ਮੈਨੂੰ ਮਿਲਿਆ ਅਵਾਰਡ, ਇੰਦਰਜੀਤ ਹਸਨਪੁਰੀ ਅਵਾਰਡ ਮਿਲਿਆ ਜੀ, ਤੇ ਜਿਹੜਾ ਕਿ ਬਹੁਤ ਖੁਸ਼ ਨਸੀਬ ਆ, ਜਿਹੜਾ ਏਦਾਂ ਦਾ ਬਹੁਤ ਵੱਡੇ ਸਨਮਾਨ ਹੈ ਜੀ। ਹਾਂਜੀ ਹਾਂਜੀ, ਲੋਕ ਦੱਸਦੇ ਇਹਨਾਂ ਸਨਮਾਨਾਂ ਨੂੰ। ਹਾਂਜੀ ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਮਹਿਤਪ੍ਰੀਤ ਸਾਹਿਬ, ਪੰਜਾਬੀ ਗਾਇਕਾਂ ਦੇ ਵਿੱਚੋਂ ਤੁਹਾਡਾ ਪਸੰਦੀਦਾ ਗਾਇਕ ਕਿਹੜਾ ਜੀ? ਪੰਜਾਬੀ ਗਾਇਕਾਂ ਦੇ ਵਿੱਚੋਂ ਪਸੰਦੀਦਾ ਗਾਇਕ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਹੁਣ ਵਰਤਮਾਨ ਦੇ ਵਿੱਚ, ਮੈਂ ਤਾਂ ਸਤਿੰਦਰ ਸਰਤਾਜ ਨੂੰ ਕਹਿੰਦਾ। ਬਹੁਤ ਵਧੀਆ ਜੀ, ਬਹੁਤ ਵਧੀਆ। ਸਤਿੰਦਰ ਸਰਤਾਜ ਦੀ ਲੇਖਣੀ, ਗਾਇਕੀ ਔਰ ਫਿਲਮਾਂਕਣ, ਕਿਆ ਬਾਤ, ਅਲੱਗ ਹੈ, ਹਰ ਇੱਕ ਨਾਲੋਂ ਅਲੱਗ ਹੈ, ਮੈਂ ਉਹਨਾਂ ਨੂੰ ਪਸੰਦੀਦਾ ਕਰਦਾ। ਕੋਈ ਸੱਭਿਆਚਾਰ ਬਾਰੇ ਚਾਰ ਲਾਈਨਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋਗੇ ਜੀ? ਹਾਂਜੀ ਜ਼ਰੂਰ ਜੀ, ਜ਼ਰੂਰ। ਮੈਂ 93 ਚ ਗਾ ਕੇ ਦੱਸਦਾ। ਉਹ ਆ ਗਿਆ ਯੁੱਗ ਮਸ਼ੀਨੀ, ਜਦ ਦਾ ਦੀਦੀ ਨਹੀਂ ਉਜਾੜ ਕਿਤੇ, ਉਹ ਟੱਲੀਆਂ ਵਾਲੇ ਬਲਦਾਂ ਦੀ ਉਹ ਨਹੀਂ ਸੁਣਦੀ ਟਣਕਾਰ ਕਿਤੇ, ਟੱਲੀਆਂ ਵਾਲੇ ਬਲਦਾਂ ਦੀ ਉਹ ਨਹੀਂ ਸੁਣਦੀ ਟਣਕਾਰ ਕਿਤੇ, ਉਹ ਨਸ਼ਾ ਆਸ਼ਕੀ ਭਾਰੂ ਹੋ ਗਏ ਜਾਂ ਫਿਰ ਫੈਸ਼ਨ ਚੋਟੀ ਦਾ, ਨਾ ਘੱਗਰਾ ਫੁਲਕਾਰੀ ਦੀਂਦੀ ਨਾ ਘੁੰਡ ਹਰ ਇੱਕ ਵਹੁਟੀ ਦਾ, ਓਏ ਮਹਿਦਪੁਰੀ ਗਿਆ ਬਦਲ ਜ਼ਮਾਨਾ ਕਰਕੇ ਵੇਖ ਵਿਚਾਰ ਕਿਤੇ, ਓਏ ਬਲਦਾਂ ਦੇ ਗਲ ਟੱਲੀਆਂ ਦੀ ਹੁਣ ਨਹੀਂ ਸੁਣਦੀ ਟਣਕਾਰ ਕਿਤੇ, ਢੱਲੀਆਂ ਵਾਲੇ ਬਲਦਾਂ ਦੀ ਨਹੀਂ ਸੁਣਦੀ ਟਣਕਾਰ। ਬਹੁਤ ਵਧੀਆ ਜੀ, ਬਹੁਤ ਵਧੀਆ। ਮਹਿਤਪ੍ਰੀਤ ਸਾਹਿਬ, ਗੀਤਕਾਰੀ ਦੇ ਨਾਲ ਸੁਣ ਦੇ ਵਿੱਚ ਆਇਆ ਕਿ ਤੁਸੀਂ ਗਰੀਬ ਕੁੜੀਆਂ ਦੇ ਵਿਆਹ ਵੀ ਕਰ ਰਹੇ ਹੋ। ਹਾਂਜੀ, ਆਮ ਅਸੀਂ ਤਕਰੀਬਨ 15-16 ਸਾਲ ਤੋਂ ਇਹ ਚੱਲ ਰਿਹਾ ਕੰਮ, ਹਰ ਸਾਲ ਫਰਵਰੀ ਦੇ ਐਂਡ ਔਰ ਮਾਰਚ ਦੇ ਪਹਿਲੇ ਵੀ ਅਸੀਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਇੱਥੇ ਪੰਜਾਬ 'ਚ ਆ ਕੇ ਕਰੀਦੀਆਂ, ਨਾਲ ਸਾਜ ਵੀ ਦੇਈਦਾ ਜੀ। ਇੱਕ ਟੀਚਾ ਮਿਲਿਆ
ਕਿ ਆਪਣੇ ਲਾਗਲੇ ਪਿੰਡਾਂ ਦੇ ਜਿੰਨੇ ਵੀ ਗਰੀਬ ਬੱਚੇ ਨੇ ਉਹਨਾਂ ਚੋਂ ਜਾਨੀ 100 ਬੱਚਾ ਗਰੀਬ ਬੱਚਿਆਂ ਚੋਂ 100 ਬੱਚਾ ਅਸੀਂ ਅਡਾਪਟ ਕਰ ਰਹੇ ਹਾਂ, ਉਹਦੀ ਪੜ੍ਹਾਈ ਜਿਹੜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਦੀ ਪੜ੍ਹਾਈ ਦਾ ਖਰਚਾ ਇਹ ਸੰਸਥਾ ਕਰ ਰਹੀ ਹੈ। ਬਹੁਤ ਵਧੀਆ ਜੀ, ਬਹੁਤ ਵੱਡੀ ਸੋਚ ਹੈ ਜੀ। ਬਸ ਜੀ ਏਦਾਂ ਹੀ, ਜੇ ਹਰੇਕ ਬੰਦਾ ਜੇ ਇਹ ਸੋਚਣ ਲੱਗ ਪਏ ਤਾਂ ਪੰਜਾਬ ਆਪਣਾ ਕਿਤੇ ਵੀ ਕਿਤੇ ਪਹੁੰਚ ਸਕਦਾ ਜੀ। ਇਹ ਮੋਸਟਲੀ NRI ਦੇ ਹਿੱਸੇ ਆਇਆ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਇੱਥੇ ਵਾਲੇ ਜਿਹੜੇ ਥੋੜਾ ਜਿਹਾ ਘੱਟ ਕਰਦੇ ਆ। ਬਹੁਤ ਵਧੀਆ ਸੋਚ ਹੈ ਜੀ। ਮੀਤ ਮਹਿਤਪੁਰੀ ਸਾਹਿਬ, ਅੱਜ ਕੱਲ TV ਚੈਨਲਾਂ ਦੇ ਉੱਤੇ ਬਹੁਤ ਨੰਗੇਜ਼ਪਨ ਵੱਧ ਚੁੱਕਿਆ, ਤੁਹਾਡੀ ਕੀ ਰਾਏ ਕਿ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਇਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ, ਨਿੰਦਾ ਕਰਦਾ। ਜੋ ਕੁਝ ਅੱਜ ਫਿਲਮਾਇਆ ਜਾ ਰਿਹਾ, ਗੀਤ ਵਿੱਚ ਕੁਝ ਹੋਰ ਹੁੰਦਾ ਤੇ ਫਿਲਮਾਇਆ ਕੁਝ ਹੋਰ ਜਾਂਦਾ, ਇਹਦਾ ਜਵਾਬ ਇੱਥੋਂ ਲੱਭ ਲੈਣਗੇ ਸਰੋਤੇ ਦਰਸ਼ਕ। ਅੱਜ ਬੋਲ ਬਾਲਾ DJ-ਆਂ ਦੇ ਸ਼ੋਰ ਦਾ, ਕੋਈ ਫਿਰਦਾ ਬੇਤੁੱਕੇ ਗਾਣੇ ਜੋੜਦਾ, ਉਹ ਸਿਰ ਫਿਰੇ ਕਈ ਫਜ਼ੂਲ ਗੱਲਾਂ ਲਿਖੀ ਜਾਂਦੇ, ਮਿਹਨਤੀ ਕਿਸਾਨ ਜੱਟ ਤੇ ਮਹਿਤਪੁਰੀ ਨੇ ਮਿਆਰੀ ਗੀਤ ਲਿਖਣੇ ਨੇ ਲੱਚਰਾਂ ਤੋਂ ਪਰੇ ਹਟ ਕੇ। ਲੋਕੋ ਮੀਤ ਨੇ ਮਿਆਰੀ ਗੀਤ ਲਿਖਣੇ ਨੇ ਲੱਚਰਾਂ ਤੋਂ ਪਰੇ ਹਟ ਕੇ। ਹਾਂਜੀ, ਤੁਸੀਂ ਲਾ ਲਓ TV ਲਾ ਕੇ, ਕੋਈ ਵੀ ਚੈਨਲ ਲਾ ਕੇ ਦੇਖ ਲਓ, ਸਵੇਰ ਤੋਂ ਸ਼ਾਮ ਤੱਕ ਵਿਸ਼ਾ ਇੱਕੋ ਹੀ ਕੁੜੀ ਦਾ ਵਿਸ਼ਾ ਲੱਭਿਆ ਜਿਹਦੇ ਤੇ ਗੀਤ ਗਾਈ ਜਾਂਦੇ ਨੇ, ਕੁੜੀ ਵਾਲਾ ਵਿਸ਼ਾ। ਬਾਕੀ ਤੁਹਾਡੀ ਗੀਤਕਾਰੀ ਆਮ ਵਿਵੇਕਾਂ ਦੇ ਨਾਲੋਂ ਹਟ ਕੇ ਆ, ਆਪਣੇ ਸੱਭਿਆਚਾਰ ਨੂੰ ਸੰਭਾਲਦੀ ਹੈ। ਹਾਂਜੀ ਹਾਂਜੀ, ਗੀਤਕਾਰੀ ਬਹੁਤ ਵਧੀਆ ਜੀ, ਬਹੁਤ ਵਧੀਆ। ਸਾਡੇ ਬਾਪੂ ਜੀ ਕਹਿੰਦੇ ਹੁੰਦੇ ਆ ਕਿ ਲੋਕਾਂ ਦੀ ਲੀਹ ਛੱਡ ਕੇ ਆਪਣੀ ਪੈੜ ਵੱਖਰੀ ਪਾਓਗੇ ਤੇ ਤੁਹਾਡਾ ਨਾਮ ਹੋਊਗਾ। ਬਿਲਕੁਲ, ਸਿਆਣਿਆਂ ਦਾ ਕਥਨ ਹੈ ਜੀ, ਇਹੀ ਚੀਜ਼ ਹੈ। ਬਸ ਉਹਨਾਂ ਦੀ ਥਾਪੜਾ ਸਦਕਾ ਆਪਾਂ ਸਹੀ ਲਿਖੀ ਦਾ, ਘੱਟ ਲਿਖੀ ਦਾ ਪਰ ਵਧੀਆ ਲਿਖੀ ਦਾ, ਘਰ ਚ ਬੈਠ ਕੇ ਸੁਣਨਾ ਚਾਹੀਦਾ। ਵੇਖਦੇ ਹਾਂ ਜੀ, ਮੀਤ ਸਾਹਿਬ, ਅੱਜ ਦੇ ਗਾਇਕਾਂ ਤੇ ਗੀਤਕਾਰਾਂ ਦਾ ਵਿਸ਼ਾ ਹੈ ਕੁੜੀ, ਹਥਿਆਰ ਤੇ ਸ਼ਰਾਬ। ਹਾਂਜੀ, ਇਹਨਾਂ ਤਿੰਨਾਂ ਚੀਜ਼ਾਂ ਤੇ ਗੀਤ ਲਿਖੀ ਜਾਂਦੇ ਆ। ਇਸ ਤੋਂ ਇਲਾਵਾ ਤੁਸੀਂ ਕੁਛ ਆਪਣੇ ਬਜ਼ੁਰਗਾਂ ਬਾਰੇ ਵੀ ਲਿਖਿਆ ਕਿ ਨਹੀਂ? ਹਾਂਜੀ ਹਾਂਜੀ, ਬਲੇਰ ਸਾਹਿਬ, ਜਿਵੇਂ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਮੈਂ ਮੋਸਟਲੀ ਥੋੜਾ ਜਿਹਾ ਹਟ ਕੇ ਲਿਖਦਾ। ਹਾਂਜੀ, ਮੈਂ ਤੁਹਾਨੂੰ ਦੱਸਦਾ, ਮੈਂ ਬਜ਼ੁਰਗਾਂ ਬਾਰੇ ਵੀ ਲਿਖਿਆ। ਇੱਕ ਮਿੰਟ ਮੈਂ ਦੱਸਦਾ, ਕਹਿੰਦਾ ਉਹ ਬੁੜੇ ਪੁਰਾਣੇ ਵਿਰਲੇ ਰਹਿ ਗਏ ਨੇ ਵਿੱਚ ਪਿੰਡਾਂ ਦੇ, ਹੋ ਗਏ ਕਈ ਅਲੋਪ ਵਾਂਗ ਬਈ ਖੂਹ ਦੀਆਂ ਟਿੰਡਾਂ ਦੇ। ਉਹ ਦੇਖੋ ਤਾਂ ਕੇਰਾ ਕਰਕੇ ਬਈ ਮੁਲਾਕਾਤ ਬਜ਼ੁਰਗਾਂ ਦੀ, ਉਹ ਬੜੀ ਕੀਮਤੀ ਹੁੰਦੀ ਆ ਹਰ ਬਾਤ ਬਜ਼ੁਰਗਾਂ ਦੀ, ਬਈ ਬੜੀ ਕੀਮਤੀ ਹੁੰਦੀ ਹੈ ਹਰ ਬਾਤ ਬਜ਼ੁਰਗਾਂ ਦੀ। ਉਹ ਗੱਲਾਂ ਛੇੜ ਕੇ ਬਹਿ ਜਾਂਦੇ ਜਦ ਪਾਕਿਸਤਾਨ ਦੀਆਂ, ਹੁਬ ਹੁਬ ਕੇ ਦੱਸਣ ਕਹਾਣੀਆਂ ਪੀਣ ਤੇ ਖਾਣ ਦੀਆਂ, ਉਹ 2-2.5 ਕਿਲੋ ਕੜਾਹ ਖਾ ਜਾਣਾ ਸੌਗਾਤ ਬਜ਼ੁਰਗਾਂ ਦੀ, ਬਈ ਬੜੀ ਕੀਮਤੀ ਹੁੰਦੀ ਹੈ ਹਰ ਬਾਤ ਬਜ਼ੁਰਗਾਂ ਦੀ। ਉਹ ਦੁੱਧ ਦੇ ਭਰੇ ਕਟੋਰੇ ਛੰਨੇ ਪੀਂਦੇ ਲੱਸੀ ਦੇ, ਸੰਦਲਬਾਰ ਚ ਬੀਤੇ ਜੋ ਦਿਨ ਇਉਂ ਵੀ ਦੱਸੀ ਦੇ, ਉਹ ਪਿੰਡ ਦੀ ਧੀ ਨੂੰ ਧੀ ਕਹਿਣਾ ਸੀ ਜਾਤ ਬਜ਼ੁਰਗਾਂ ਦੀ, ਬਈ ਬੜੀ ਕੀਮਤੀ ਹੁੰਦੀ ਆ ਹਰ ਬਾਤ ਬਜ਼ੁਰਗਾਂ ਦੀ। ਕਹਿੰਦਾ ਮੁੰਗਲੀ ਫੇਰਨੀ ਬੁਗਦਰ ਤੋਲਣੇ ਸ਼ੌਂਕ ਸ਼ਕੀਨਾਂ ਦੇ, ਬਈ ਵੱਟਾਂ ਐਰੇ ਰੱਖਦੇ ਸੀਗੇ ਸ਼ਾਂਗ ਜ਼ਮੀਨਾਂ ਦੇ, 4 ਦਿਨਾਂ ਦੀ ਵਿਆਹ ਵਿੱਚ ਰਹੇ ਬਰਾਤ ਬਜ਼ੁਰਗਾਂ ਦੀ, ਉਹ ਬੜੀ ਕੀਮਤੀ ਹੁੰਦੀ ਆ ਹਰ ਬਾਤ ਬਜ਼ੁਰਗਾਂ ਦੀ। ਉਹ ਮੀਤ ਮਹਿਤਪੁਰ ਵਾਲਿਆ ਉਹ ਦਿਨ ਕਦੇ ਇੱਥੇ ਆਉਣੇ ਨਹੀਂ, ਬਈ ਢੋਲੇ ਮਾਗੇ ਝੋਕਾਂ ਸੱਦਾਂ ਕਿਸੇ ਵੀ ਖੋਣੇ ਨਹੀਂ, ਹਰ ਪੱਖੋਂ ਹੀ ਰਹੂਗੀ ਸਾਨੂੰ ਘਾਟ ਬਜ਼ੁਰਗਾਂ ਦੀ, ਬਈ ਬੜੀ ਕੀਮਤੀ ਹੁੰਦੀ ਆ ਹਰ ਬਾਤ ਬਜ਼ੁਰਗਾਂ ਦੀ, ਉਹ ਬੜੀ ਕੀਮਤੀ ਹੁੰਦੀ ਆ ਹਰ ਬਾਤ ਬਜ਼ੁਰਗਾਂ ਦੀ। ਬਹੁਤ ਵਧੀਆ ਮਹਿਤਪੁਰੀ ਸਾਹਿਬ, ਐਸਾ ਸੱਭਿਆਚਾਰ ਸਾਂਭਿਆ ਤੁਸੀਂ ਆਪਣੀਆਂ ਲਿਖਤਾਂ ਦੇ ਵਿੱਚ। ਬਸ ਜੀ, ਕੋਸ਼ਿਸ਼ ਹੈ, ਇੱਕ ਨਵਾਣੀ ਜੀ ਕੋਸ਼ਿਸ਼ ਕਰ ਰਹੇ ਹਾਂ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਸਾਡੇ ਅੱਜ ਦੇ ਗੀਤਕਾਰਾਂ ਦੇ ਗਾਇਕਾਂ ਨੂੰ ਵੀ ਥੋੜਾ ਜਿਹਾ ਹਟ ਕੇ ਲਿਖਣਾ ਚਾਹੀਦਾ ਵਾ ਕੋਈ ਸੱਭਿਆਚਾਰ ਬਾਰੇ। ਦੇਖੋ ਕਿੰਨੀਆਂ ਵਧੀਆ ਲਾਈਨਾਂ ਲਿਖੀਆਂ ਜੀ ਤੁਸੀਂ। ਮੈਂ ਕਿਹਾ ਜੀ, ਆਪਣਾ ਬੜਾ ਤਕੜਾ ਭੰਡਾਰ ਹੈ ਪੰਜਾਬੀ ਦੀ ਸ਼ਬਦਾਵਲੀ ਦਾ, ਪੰਜਾਬੀ ਸੱਭਿਆਚਾਰ ਦਾ ਬੜਾ ਵੱਡਾ ਵਡਮੁੱਲਾ ਖਜ਼ਾਨਾ ਹੈ। ਪਰ ਸਾਡੇ ਗੀਤਕਾਰਾਂ ਔਰ ਜਿਹੜੇ ਗਾਇਕ ਨੇ ਉਹਨਾਂ ਨੇ 4-5 ਵਿਸ਼ੇ ਹੈ, ਤੁਸੀਂ ਸਵੇਰ ਤੋਂ TV ਲਾ ਲਓ ਸ਼ਾਮ ਤੱਕ ਉਹੀ ਵਿਸ਼ੇ ਚੱਲੇ ਜਾਣਗੇ। ਮੋਸਟਲੀ ਔਰਤ ਦੇ ਉੱਤੇ ਇਹਨਾਂ ਨੇ ਗੀਤ ਗਾਈ ਜਾਂਦੇ ਆ, ਕੁੜੀਆਂ ਦੇ ਉੱਤੇ ਜਾਂ ਰਿਵਾਲਵਰ ਦੇ ਗੀਤ ਜਾਂ ਨਸ਼ਿਆਂ ਦੇ। ਯਾਰ ਕੋਈ ਹੋਰ ਵੀ ਸੋਚ ਕੇ ਦੇਖ ਲਓ, ਮੇਰੇ ਖਿਆਲ ਬਹੁਤੇ ਰਾਈਟਰਾਂ ਨੇ ਇਹ ਚੀਜ਼ਾਂ ਪੜ੍ਹੀਆਂ ਹੀ ਨਹੀਂ, ਕਿਤੇ ਪੜ੍ਹ ਕੇ ਦੇਖਣ। ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਦਾ ਆਪਣਾ ਮੈਂ ਦੱਸਿਆ ਬਈ ਪੰਜਾਬੀ ਦਾ ਵਡਮੁੱਲਾ ਖਜ਼ਾਨਾ, ਵਡਮੁੱਲਾ ਭੰਡਾਰ ਹੈ ਆਪਣੀ ਊੜਾ ਐੜਾ ਈੜੀ ਸੱਸਾ ਹਾਹਾ ਜਿਹੜਾ ਚੱਲ ਰਿਹਾ ਪੰਜਾਬੀ ਦਾ, ਜਿਹੜੇ ਜਿਹਨੂੰ ਮਹਾਰਨੀ ਵੀ ਆਪਾਂ ਕਹਿ ਦਿੰਦੇ ਹਾਂ। ਇਹਦੇ ਇਕੱਲੇ ਇਕੱਲੇ ਅੱਖਰ ਤੋਂ 5-5 ਹਜ਼ਾਰ ਤੋਂ ਉੱਤੇ ਪੰਜਾਬੀ ਦੇ ਸ਼ਬਦ ਬਣਦੇ ਆ।
ਜੇ ਤੁਸੀਂ ਲੈ ਲਓ ਇਕੱਲਾ ਸ਼ਬਦ, ਮੈਂ ਐਗਜ਼ਾਮਪਲ ਦਿੰਦਾ, ਉਦਾਹਰਨ ਦਿੰਦਾ ਕਿ ਸੱਸਾ ਲੈ ਲਓ, ਸੱਸੇ ਤੋਂ ਆਪਾਂ ਨੂੰ ਸਿਰਫ ਹੈਗਾ ਸਾਰਾ, ਸਾਲੇ, ਸਹੁਰੇ, ਸਾਰਿਆਂ ਦਾ, ਸੌਖੀ, ਏਦਾਂ ਦੇ ਸ਼ਬਦਾਂ ਦਾ ਆਪਾਂ ਨੂੰ 22-23 ਏਦਾਂ ਦੇ ਸ਼ਬਦ ਹੋਣਗੇ, ਹੱਦ 50 ਕਰ ਲਓ। ਪਰ ਮੈਂ ਗੱਲ ਕੀਤੀ ਹੈ 5000 ਤੋਂ ਉੱਤੇ, ਇਕੱਲੇ ਇਕੱਲੇ ਅੱਖਰ ਤੋਂ ਇਹ ਸ਼ਬਦ ਬਣਦੇ ਆ, ਪਰ ਸਾਡੇ ਲੋਕਾਂ ਨੂੰ ਇੰਨਾ ਪਤਾ ਨਹੀਂ ਹੈ। ਇਸ ਕਰਕੇ ਹਰ ਰਾਈਟਰ ਨੂੰ ਲਿਟਰੇਚਰ ਪੜ੍ਹਨਾ ਚਾਹੀਦਾ, ਪੜ੍ਹ ਕੇ ਤੇ ਫਿਰ ਲਿਖਣਾ ਚਾਹੀਦਾ। ਸਿਆਣੇ ਸਰੋਤੇ, ਆਪ ਸਿਆਣੇ, ਆਪਾਂ ਕੀ ਕਹਿ ਸਕਦੇ ਆ। ਮੈਂ ਤੇ ਕਈ ਵਾਰੀ ਇਹ ਵੀ ਗੱਲ ਕਰਦਾ ਹੁੰਦਾ ਹੈ ਕਿ ਕਿੱਥੇ ਗਏ ਉਹ ਗੀਤ, ਉਹਨਾਂ ਵਰਗੇ ਗੀਤ ਲਿਖਣੇ ਚਾਹੀਦੇ ਆ। ਆਖੇ ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ, ਨੀ ਉੱਠ ਵੇਖ ਨਨਾਨੇ ਕੌਣ ਪ੍ਰਾਹੁਣਾ ਆਇਆ, ਕਾਨੋਂ ਮਾਰਦਾ ਚੰਦਰਿਆ ਸ਼ਮਕਾ ਮੈਂ ਕੱਚ ਦੇ ਗਲਾਸ ਵਰਗੀ, ਜਾਂ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਇਹ ਗੀਤਾਂ ਦੇ ਰਚੇਤਾ ਬਾਬੂ ਦੇਵ ਤਰੀਕਿਆਂ ਵਾਲੇ ਜੀ ਨੇ, ਉਹਨਾਂ ਵਰਗੇ ਗੀਤ ਲਿਖਣੇ ਚਾਹੀਦੇ ਨੇ। ਬਹੁਤ ਲੰਬੀਆਂ ਉਮਰਾਂ ਜੀ ਇਹਨਾਂ ਗੀਤਾਂ ਦੀਆਂ, ਤੇ ਤੁਸੀਂ ਆ ਕੱਚ ਘਰੜ ਗੀਤ ਨਾ ਸੁਣਿਆ ਕਰੋ, ਸਰੋਤਿਆਂ ਨੂੰ ਕਹਿ ਰਿਹਾ। ਬਾਕੀ ਲਿਖਾਰੀਆਂ ਨੂੰ ਸਾਡਾ ਕੀ ਕਹਿਣਾ, ਉਹ ਆਪ ਹੀ ਸਮਝ ਜਾਣਗੇ ਇਸ ਚੀਜ਼ ਨੂੰ ਕਿ ਵਧੀਆ ਲਿਖੋ, ਘੱਟ ਲਿਖੋ, ਵਧੀਆ ਲਿਖੋ ਯਾਰ, ਸਮਾਜ ਨੂੰ ਸੇਧ ਦਿਓ ਕੁਝ। ਇੰਨਾ ਕਹਿਣ ਤੇ ਤੁਹਾਡਾ ਮੈਂ ਬੜਾ ਬੜਾ ਧੰਨਵਾਦ ਕਰਦਾ ਜੀ। ਮੈਂ ਕੋਈ ਸਭ ਸਾਡੇ ਤਸਵੀਰ ਪੰਜਾਬ ਦੇ ਚੈਨਲ ਵਾਸਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ। ਤਸਵੀਰ ਪੰਜਾਬ ਦੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ, ਔਰ ਮੁਬਾਰਕਾਂ ਵੀ ਦਿੰਦਾ ਕਿ ਤੁਸੀਂ ਇਸ ਨਿਮਾਣੇ ਦੀ ਕੁੱਲੀ ਵਿੱਚ ਆਣ ਕੇ ਚਾਰ ਚੰਨ ਲਾਏ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।